ਅੱਜ ਪੰਜਾਬ ਭਵਨ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਮੀਟਿੰਗ ਲਿੱਤੀ ਗਈ ਹੈ। ਮੀਟਿੰਗ ਦਾ ਜਿਹੜਾ ਮੇਨ ਮੁੱਦਾ ਸੀਗਾ ਉਹ ਇਹ ਸੀਗਾ ਕਿ ਜਿਹੜਾ ਪੰਜਾਬ ਦਾ ਗਰਾਊਂਡ ਵਾਟਰ ਹੈ ਉਹ ਕਿਤੇ ਨਾ ਕਿਤੇ ਡਿਪਲੀਟ ਹੁੰਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਜਿਹੜਾ ਪਾਣੀ ਦਾ ਲੈਵਲ ਹੈ। ਅਤੇ ਨਾਲ ਦੀ ਨਾਲ ਇਸ 'ਚ ਜੇ ਗੱਲ ਕਰੀਏ ਫਸਲ ਦੀ ਤਾਂ ਪੈੜੀ ਦੀ ਫਸਲ ਦਾ ਸਮਾਂ ਆ ਚੁੱਕਿਆ ਅਤੇ ਪਾਣੀ ਦੀ ਕਿੱਲਤ ਜਿਹੜੀ ਹੈ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਫੇਸ ਕਰਨੀ ਪੈ ਸਕਦੀ ਹੈ। ਸਾਡੇ ਨਾਲ ਮੌਜੂਦ ਨੇ ਬਲਵੀਰ ਰਾਜੋਵਾਲ ਜੀ। ਰਾਜੋਵਾਲ ਜੀ, ਕੀ ਕੁਛ ਅੱਜ ਮੀਟਿੰਗ 'ਚ ਤੈਅ ਹੋਇਆ, ਕਿਹੜੀ ਕਿਹੜੀ ਗੱਲਾਂ ਸੀਗੀਆਂ ਜਿਹੜੀ ਮੀਟਿੰਗ 'ਚ ਰੱਖੀ ਗਈਆਂ? ਦੇਖੋ, ਭਵਿੱਖ ਵਿੱਚ ਪਾਣੀ ਦਾ ਸੰਕਟ ਆਉਣ ਵਾਲਾ, ਬਹੁਤ ਪਾਣੀ ਦਾ ਲੈਵਲ ਹੇਠਾਂ ਜਾ ਰਿਹਾ। ਇਹਦੇ 'ਤੇ ਅੱਜ ਮੁੱਖ ਮੰਤਰੀ ਨੇ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਬਹੁਤ ਸਾਰੇ ਵਰਲਡ ਬੈਂਕ ਦੇ ਨੋਮੀਨੀ ਵੀ ਸੀ, ਨਬਾਰਡ ਦੇ ਨੋਮੀਨੀ ਸੀ, ਉਹਦੇ 'ਚ ਮਹਾਰਾਸ਼ਟਰ ਦਾ ਵਾਟਰ ਰੈਗੂਲੇਟਰੀ ਕਮਿਸ਼ਨ ਵੀ ਸੀ, ਇਜ਼ਰਾਈਲ ਤੋਂ ਨੁਮਾਇੰਦੇ ਸੀ, ਬਹੁਤ ਅਹਿਮ ਐਕਸਪਰਟ ਸੀਗੇ ਪਾਣੀ ਦੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸੀ, ਅਰਥ ਸ਼ਾਸਤਰੀ ਸੀ, ਪੰਜਾਬ ਦੇ ਤਕਰੀਬਨ ਸਾਰੇ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀ ਸੀ, ਮੰਤਰੀ ਕੁਝ ਹਾਜ਼ਰ ਸੀ। ਅਤੇ ਸਭ ਨੇ ਆਪੋ ਆਪਣੀ ਰਾਏ ਜਿਹੜੀ ਉੱਥੇ ਰੱਖੀ, ਬੜੀ ਡਿਟੇਲ 'ਚ ਡਿਸਕਸ਼ਨ ਹੋਈ ਹੈ ਔਰ ਕਾਫੀ ਜਾਣਕਾਰੀ ਉੱਥੇ ਸਾਂਝੀ ਹੋਈ ਹੈ। ਪਰ ਇੱਕ ਗੱਲ ਉੱਥੇ ਜਿਹੜੀ ਮੈਂ ਮਹਿਸੂਸ ਕੀਤੀ, ਮੈਂ ਮੀਟਿੰਗ ਵਿੱਚ ਇਹ ਮੁੱਦਾ ਰੱਖਿਆ ਸੀ, ਸਾਰੇ ਇਸ ਤਰ੍ਹਾਂ ਗੱਲ ਕਰਦੇ ਸੀ ਜਿਵੇਂ ਸਿਰਫ ਅਤੇ ਸਿਰਫ ਖੇਤੀ ਕਰਨ ਵਾਲੇ ਹੀ ਦੋਸ਼ੀ ਨੇ ਪਾਣੀ ਲਈ। ਅਤੇ ਮੈਂ ਉਹਨਾਂ ਨੂੰ ਕਿਹਾ ਸੀ ਕੋਈ ਇੱਦਾਂ ਦੀ ਸਟੱਡੀ ਨਹੀਂ ਜਿਹਦੇ 'ਚ ਤੁਸੀਂ ਇਹ ਤੈਅ ਕੀਤਾ ਹੋਵੇ ਜਿਹੜਾ ਡੋਮੈਸਟਿਕ ਸੈਕਟਰ ਹੈ ਉਹਦੀ ਕਿੰਨੀ ਕੰਜ਼ਮਪਸ਼ਨ ਹੈ, ਇੰਡਸਟਰੀ ਦੀ ਕਿੰਨੀ ਕੰਜ਼ਮਪਸ਼ਨ ਹੈ, ਪਬਲਿਕ ਸੈਕਟਰ ਦੀ ਕਿੰਨੀ ਕੰਜ਼ਮਪਸ਼ਨ ਹੈ ਅਤੇ ਖੇਤੀ ਦੀ ਕਿੰਨੀ ਕੰਜ਼ਮਪਸ਼ਨ ਹੈ। ਅਸੀਂ ਝੋਨਾ ਹੀ ਤੁਸੀਂ ਕਹਿੰਦੇ ਹੋ ਇਕੱਲਾ ਵੀ ਅਸੀਂ ਪਾਣੀ ਉਹਦੇ 'ਤੇ ਵੇਸਟ ਕਰਦੇ ਹਾਂ। ਅਸੀਂ ਝੋਨੇ ਦੀ ਫਸਲ ਲਈ 60 ਜਾਂ 70 ਦਿਨ ਪਾਣੀ ਵਰਤਦੇ ਹਾਂ, 30 ਦਿਨ ਨਰਸਰੀ 'ਚ ਲੰਘ ਜਾਂਦੇ ਨੇ, ਇਹ 15 ਦਿਨ ਪਹਿਲਾਂ ਅਸੀਂ ਵਾਢੀ ਤੋਂ ਪਾਣੀ ਬੰਦ ਕਰਨਾ ਹੁੰਦਾ। ਉਹ ਤੁਹਾਡੇ ਕੋਲ ਹੈਗਾ ਸਾਰਾ ਡਾਟਾ ਵੀ ਕਿੰਨਾ ਸੈਂਕਸ਼ਨ ਲੋਡ ਹੈ ਬਿਜਲੀ ਦਾ, ਕਿੰਨੀ ਤੁਸੀਂ ਪਾਵਰ ਸਪਲਾਈ ਕੀਤੀ, ਤੁਸੀਂ ਵਰਕਆਊਟ ਕਰ ਸਕਦੇ ਹੋ ਕਿੰਨਾ ਪਾਣੀ ਅਸੀਂ ਪੰਪ ਕੀਤਾ। ਇਹ ਤੋਂ ਬਿਨਾਂ ਅੱਜ ਸਾਰੇ ਪੰਜਾਬ ਵਿੱਚ ਘਰ ਘਰ ਸਬਮਰਸੀਬਲ ਪੰਪ ਲੱਗੇ ਹੈ, ਕੋਈ ਨਹਾਉਣ ਲੱਗਿਆ ਪਾਣੀ ਡੋਲਣ ਲੱਗਿਆ ਕੋਈ ਗੁਰੇਜ਼ ਨਹੀਂ ਕਰਦਾ। ਅਤੇ ਸਾਡੇ ਜਿਹੜੇ ਟੋਭੇ ਨੇ ਪਿੰਡਾਂ ਦੇ, ਜਿਹੜੇ ਇਹਨਾਂ ਦਿਨਾਂ ਵਿੱਚ ਸੁੱਕ ਜਾਇਆ ਕਰਦੇ ਸੀ, ਉਹ 3-3 ਵਾਰੀ ਸਰਕਾਰ ਦੇ ਡੂੰਘੇ ਕਰਾਉਣ ਦੇ ਬਾਵਜੂਦ ਅੱਜ ਉਹ ਲਬਾਲਬ ਭਰੇ ਨੇ। ਕਿਸੇ ਸ਼ਹਿਰ ਚਲੇ ਜਾਓ, ਉਹਦੇ ਚਾਰੇ ਪਾਸੇ ਤੁਹਾਨੂੰ ਪਾਣੀ ਦਾ ਇੱਕ ਦਰਿਆ ਵਗਦਾ ਦਿਸੇਗਾ। ਘਰੇਲੂ ਖਪਤ ਇੰਨੀ ਵੱਧ ਗਈ, ਬੜੀ ਬੇਕਿਰਕੀ ਨਾਲ ਵਰਤੋਂ ਕਰ ਰਹੇ ਨੇ ਲੋਕ, ਅਤੇ ਨਾ ਸਿਰਫ ਕਿਸਾਨਾਂ ਦੇ, ਇੱਕ ਇਹ ਵੀ ਬਦਕਿਸਮਤੀ ਵਾਲਾ ਪਹਿਲੂ ਹੈ ਵੀ ਕਿਸੇ ਵੀ ਮੁੱਦੇ 'ਤੇ ਜਦੋਂ ਕਿਸਾਨ 'ਤੇ ਸੁੱਟਦੇ ਹੋ, ਅੱਗੇ ਰਿਸਰਚ ਕੋਈ ਕਰਨ ਨੂੰ ਤਿਆਰ ਹੀ ਨਹੀਂ, ਕੰਮ ਕਰਨ ਨੂੰ ਕੋਈ ਤਿਆਰ ਨਹੀਂ, ਸਾਫ਼ ਟਾਰਗੇਟ ਉਹਦੇ ਨਾਲ ਲਾ ਤਾ ਗੱਲ ਖਤਮ ਹੋ ਗਈ, ਜੇ ਪੋਲਿਊਸ਼ਨ ਹੋ ਗਿਆ ਤਾਂ ਕਿਸਾਨ ਦੇ ਨਾਲ ਲਾ ਦਿਓ ਗੱਲ ਖਤਮ, ਇਹ ਪਾਣੀ ਦਾ ਕਿਸਾਨ ਦੇ ਨਾਲ ਲਾ ਦਿਓ ਗੱਲ ਖਤਮ। ਤਾਂ ਮੈਂ ਕਿਹਾ ਸੀ ਇਹ ਸਟੱਡੀ ਕਰੋ ਪਹਿਲਾਂ, ਕਿਹੜੇ ਸੈਕਟਰ ਨੇ ਕਿੰਨੀ ਕੰਜ਼ਮਪਸ਼ਨ ਕੀਤੀ, ਜੇ ਅਸੀਂ ਪਾਣੀ ਖਤਮ ਕਰਦੇ ਹਾਂ ਤਾਂ ਸਾਡੇ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਰ ਨਾਲ ਹੀ ਇੱਕ ਇਹ ਵੀ ਧਿਆਨ ਰੱਖਣਾ ਚਾਹੀਦਾ, ਅਸੀਂ ਪਾਣੀ ਨੂੰ ਕਰਦੇ ਕੀ ਹਾਂ, ਵੀ ਕਨਵਰਟਿਡ ਇੰਟੂ ਫੂਡ ਗ੍ਰੇਨਸ, ਇਹ ਜੇ ਦੇਸ਼ ਨੂੰ ਅਨਾਜ ਦੇ ਬਿਨਾਂ ਗੁਜ਼ਾਰਾ ਹੁੰਦਾ ਹੈ ਤਾਂ ਤੁਸੀਂ ਕਿਸਾਨ ਨੂੰ ਪੈਸੇ ਦੇ ਦਿਓ, ਉਹ ਨਹੀਂ ਖੇਤੀ ਕਰੇਗਾ, ਤੁਸੀਂ ਸਾਰ ਲਓ। ਅਤੇ ਨਹੀਂ, ਇਹ ਧਿਆਨ ਰੱਖਣਾ ਪਏਗਾ ਵੀ ਕਿਹੜੇ ਸੈਕਟਰ ਦੀ ਕੰਜ਼ਮਪਸ਼ਨ ਕੀ, ਉਹ ਵੇਸਟੇਜ ਹੈ ਅਤੇ ਕਿੰਨਾ ਉਹ ਕਰ ਰਿਹਾ। ਜੇ ਤੁਸੀਂ ਰੈਗੂਲੇਟ ਕਰਨਾ, ਸਾਨੂੰ ਕੋਈ ਇਤਰਾਜ਼ ਨਹੀਂ, ਕਰੋ, ਪਾਣੀ ਦੀ ਖਪਤ ਨੂੰ ਰੈਗੂਲੇਟ ਕਰੋ। ਇਹਦੇ ਲਈ ਤਕਰੀਬਨ ਇੱਕ ਉੱਭਰ ਕੇ ਸਾਹਮਣੇ ਆਈ, ਚੀਫ ਮਿਨਿਸਟਰ ਨੇ ਅਖੀਰ 'ਚ ਕਿਹਾ ਵੀ ਅਸੀਂ ਵੀ ਮਹਾਰਾਸ਼ਟਰ ਦੀ ਤਰਜ਼ 'ਤੇ ਵਾਟਰ ਰੈਗੂਲੇਟਰੀ ਕਮਿਸ਼ਨ ਇੱਥੇ ਇੱਕ ਬਣਾਵਾਂਗੇ। ਅਤੇ ਉਹਦੇ ਲਈ ਆਲ ਪਾਰਟੀ ਮੀਟਿੰਗ ਵੀ ਸੱਦਣ ਦਾ ਉਹਨਾਂ ਨੇ ਕਿਹਾ, ਉਹਨਾਂ ਨੇ ਕਿਸਾਨ ਯੂਨੀਅਨਸ ਨੂੰ ਅਤੇ ਹੋਰ ਐਨ ਜੀ ਓਜ਼ ਨੂੰ ਵੀ ਬੁਲਾਉਣ ਵਾਸਤੇ ਵੀ ਇਹ ਬਹੁਤ ਗੰਭੀਰ ਮੁੱਦਾ, ਸਾਰਿਆਂ ਦਾ ਸਾਥ ਲੈ ਕੇ ਅੱਗੇ ਚੱਲਿਆ ਜਾਏ। ਇਹ ਹੋਇਆ, ਕੁਛ ਗੱਲਾਂ ਇਹ ਵੀ ਹੋਈਆਂ ਭਾਈ ਜੀ, ਅਸੀਂ ਇਹਦਾ ਫਸਲੀ ਵਿਭਿੰਨਤਾ ਦੀ ਗੱਲ ਹੋਈ, ਅਤੇ ਕੁਛ ਇਹ ਵੀ ਆਇਆ ਨਬਾਰਡ ਵੱਲੋਂ ਭਰੋਸਾ ਦਿੱਤਾ ਗਿਆ ਵੀ ਅੱਗੇ ਵੀ ਅਸੀਂ ਕੁਛ ਪ੍ਰੋਜੈਕਟਸ ਨੂੰ ਤੁਹਾਨੂੰ ਡ੍ਰਿਪ ਇਰੀਗੇਸ਼ਨ ਵਾਸਤੇ ਤੁਹਾਨੂੰ ਅਸੀਂ ਪੈਸੇ ਦਿੰਦੇ ਹਾਂ। ਰਾਜਵਾਲ ਜੀ, ਜੇ ਗੱਲ ਕਰੀਏ, ਇਸ ਵੇਲੇ ਪੈੜੀ ਦਾ ਸੀਜ਼ਨ ਚੱਲ ਰਿਹਾ, ਝੋਨੇ ਨੂੰ ਸਟੈਗਨੈਂਟ ਵਾਟਰ ਦੀ ਲੋੜ ਹੈ ਅਤੇ ਕਿਸਾਨ ਨੂੰ ਇਹਨਾਂ ਕੋਲ ਮਿਲ ਰਿਹਾ ਕਿਉਂਕਿ ਜਿਹੜੇ ਕਿ ਗਰਾਊਂਡ ਵਾਟਰ ਹੈ ਉਹ ਡਿਪਲੀਟ ਹੁੰਦਾ ਜਾ ਰਿਹਾ, ਥੱਲੇ ਹੁੰਦਾ ਜਾ ਰਿਹਾ, ਅਤੇ ਤੁਹਾਨੂੰ ਲੱਗਦਾ ਕਿ ਕਿਸਾਨ ਨੂੰ ਪੂਰਾ ਪਾਣੀ ਮਿਲ ਰਿਹਾ ਆਪਣੇ ਖੇਤਾਂ? ਮੈਂ ਬੜੀ ਸਪਸ਼ਟ ਕੀਤੀ ਸਥਿਤੀ ਵੀ PAU ਵਾਲਿਆਂ ਨੇ ਸਾਨੂੰ ਗੁੰਮਰਾਹ ਕੀਤਾ, ਝੋਨੇ ਵਿੱਚ ਪਾਣੀ ਖੜ੍ਹਾ ਕਰਨ ਦੀ ਲੋੜ ਨਹੀਂ, ਇਹ ਸਿਰਫ ਬੂਟਾ ਕਲੋਰ ਜਿਹੜੇ ਅਸੀਂ ਵੀਡਸ ਪੈਦਾ ਹੋ ਜਾਂਦੇ ਨੇ, ਨਦੀਨ ਪੈਦਾ ਹੁੰਦਾ, ਉਹਨੂੰ ਉਹ ਜੇ ਖੜ੍ਹੇ ਪਾਣੀ 'ਚ ਕੰਮ ਕਰਦਾ, ਜੇ ਪਾਣੀ ਨਾ ਖੜ੍ਹਾ ਹੋਵੇ ਉਹਦਾ ਕੋਈ ਲਾਭ ਨਹੀਂ ਹੁੰਦਾ। ਅਸੀਂ ਜਦੋਂ ਇਹ ਨਹੀਂ ਸੀ ਸਾਨੂੰ ਮਿਲਦੇ ਬੂਟਾ ਕਲੋਰ, ਉਸ ਵੇਲੇ ਵੀਡੀਸਾਈਡ ਨਹੀਂ ਸੀ, ਉਦੋਂ ਅਸੀਂ ਗੋਡੀ ਕਰਿਆ ਕਰਦੇ ਸੀ, ਉਹ ਨਦੀਨ ਹੱਥੀਂ ਕੱਢ ਦਿੰਦੇ ਸੀ। ਅਤੇ ਜਦੋਂ ਹੁਣ ਅੱਜ ਸਥਿਤੀ ਇੱਥੇ ਆ ਗਈ ਵੀ ਪਾਣੀ ਦਾ ਹਾਲ ਬਹੁਤ ਮਾੜਾ, ਅਤੇ ਸਾਨੂੰ ਇਸ ਗੱਲ 'ਚ ਵੀ ਕੋਈ ਇਤਰਾਜ਼ ਨਹੀਂ ਹੋਊਗਾ, ਯੂਨੀਵਰਸਿਟੀ ਕਹੇ, ਲੋਕਾਂ ਨੂੰ ਅਸਲੀਅਤ ਦੱਸੇ ਵੀ ਝੋਨੇ ਦੀਆਂ ਜੜ੍ਹਾਂ 'ਚ ਗਿੱਲ ਰਹਿਣੀ ਚਾਹੀਦੀ ਹੈ, ਪਾਣੀ ਖੜ੍ਹਨਾ ਕੋਈ ਜ਼ਰੂਰੀ ਨਹੀਂ, ਅਸੀਂ ਨਿਹਰਾ ਪਾਣੀ ਖੜ੍ਹਾ ਹੀ ਨਹੀਂ ਰੱਖਿਆ। ਇਹਨਾਂ ਦੇ ਕਹਿਣ 'ਤੇ ਅਸੀਂ ਕੱਦੂ ਕਰਕੇ ਹੇਠਾਂ ਇੱਕ ਤੈਅ ਬਣਾ ਤੀ, ਅਤੇ ਮੈਂ ਇਹ ਵੀ ਕਿਹਾ
ਭਈ ਹਰ 150 ਏਕੜ ਦੇ ਮਗਰ ਇੱਕ ਜਿਹੜੀ ਪਹਿਲੀ ਤਹਿ ਹੈ ਰੇਤੇ ਦੀ 25 ਜਾਂ 30 ਫੁੱਟ 'ਤੇ ਉੱਥੇ ਇੱਕ ਬੋਰ ਕਰਕੇ ਉਹਦੇ ਉੱਤੇ ਜਾਲੀ ਲਾ ਕੇ ਹਰ 150 ਏਕੜ 'ਚ ਜਿਵੇਂ ਪਾਣੀ ਦਾ ਨੈਚੁਰਲ ਫਲੋ ਹੈ ਵਾਟਰ ਰੀਚਾਰਜਿੰਗ ਵਾਸਤੇ ਪ੍ਰਬੰਧ ਪ੍ਰੋਜੈਕਟ ਦੇ ਤੌਰ 'ਤੇ ਲੈਣਾ ਚਾਹੀਦਾ। ਇਹ ਵੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤੀ ਹੈ 12 ਸਾਲ ਪਹਿਲਾਂ ਵੀ ਜੇ ਕੋਈ ਘਰ ਬਣਾਉਂਦਾ ਸ਼ਹਿਰਾਂ ਦੇ ਵਿੱਚ ਜੇ ਉਹ ਆਪਣਾ ਵਾਟਰ ਰੀਚਾਰਜਿੰਗ ਦਾ ਪ੍ਰਬੰਧ ਨਹੀਂ ਕਰੂਗਾ ਤਾਂ ਉਹਦਾ ਨਕਸ਼ਾ ਪਾਸ ਨਹੀਂ ਹੋਊ। ਮੈਂ ਪੁੱਛਿਆ ਸੀ ਇੱਕ ਵੀ ਨਕਸ਼ਾ ਅੱਜ ਤਾਈਂ ਤੁਸੀਂ ਰੱਦ ਨਹੀਂ ਕੀਤਾ, ਸਾਰੇ ਲੋਕਾਂ ਉਸੇ ਤਰ੍ਹਾਂ ਘਰ ਬਣ ਰਹੇ ਨੇ, ਕਿਸੇ ਨੇ ਰੀਚਾਰਜਿੰਗ ਦਾ ਪ੍ਰਬੰਧ ਨਹੀਂ ਕੀਤਾ। ਤੋ ਇਸ ਗੱਲ ਤੋਂ ਉਹਨਾਂ ਨੇ ਕਿਹਾ ਵੀ ਇਹਨੂੰ ਇੰਪਲੀਮੈਂਟ ਕੀਤਾ ਜਾਏ ਸਖਤੀ ਨਾਲ, ਅਤੇ ਮੈਂ ਸਾਰਿਆਂ ਨੂੰ ਕਿਹਾ ਵੀ ਸਾਰਿਆਂ ਨੇ ਲਾਏ ਨੇ ਸਮਰਸੀਬਲ ਪੰਪ ਹਰ ਘਰ 'ਤੇ, ਕੋਈ ਨਾ ਕੋਈ ਇੱਦਾਂ ਦੀ ਜਿਹੜੀ ਇੱਕ ਪੋਲਿਸੀ ਬਣਾ ਕੇ ਸਾਰਿਆਂ 'ਤੇ ਪਾਬੰਦੀ ਲੱਗਣੀ ਚਾਹੀਦੀ। ਹਰ ਜਿਹੜਾ ਕਿ ਹਰ ਘਰ 'ਚ ਦਿਵੇਗੀ ਤੁਸੀਂ ਦੱਸਿਆ ਸਮਰਸੀਬਲ ਪੰਪ ਲੱਗੇ ਹੋਏ ਨੇ, ਇਹਦੇ ਲਈ ਵੀ ਕੁਝ ਰੈਗੂਲੇਟਰੀ ਬੋਰਡ ਵਗੈਰਾ ਬਣਾਇਆ ਜਾ ਸਕਦਾ? ਨਹੀਂ, ਰੈਗੂਲੇਟਰੀ ਬੋਰਡ ਜਿਹੜਾ ਉਹਨੂੰ ਇਹ ਸਾਰਾ ਕੰਮ ਦਿੱਤਾ ਜਾਊ ਜਿਹੜਾ ਉਹ ਬਣਾਉਣ ਜਾ ਰਹੇ ਨੇ, ਵਾਟਰ ਰੈਗੂਲੇਟਰੀ ਕਮਿਸ਼ਨ ਜਿਹੜਾ ਬਣਾਉਣ ਜਾ ਰਹੇ ਨੇ ਜਾਂ ਰੈਗੂਲੇਟਰੀ ਅਥਾਰਟੀ ਜੋ ਵੀ ਨਾਂ ਰੱਖਣਗੇ ਉਹਨੂੰ ਇਹ ਸਾਰਾ ਕੰਮ ਦਿੱਤਾ ਜਾਊਗਾ। ਵੀ ਅੰਦਰ ਮੰਤਰੀ ਵੀ ਨੇ ਇਸ ਮੀਟਿੰਗ 'ਚ, ਮੰਤਰੀ ਵੀ ਪਹੁੰਚੇ ਨੇ, ਕਾਫੀ ਮੰਤਰੀਆਂ ਵੱਲੋਂ ਕੀ ਕੁਛ ਸੁਝਾਅ ਦਿੱਤੇ ਗਏ ਨੇ? ਅੱਛੇ ਸੁਝਾਅ ਸੀ ਉਹਨਾਂ ਵੱਲੋਂ ਵੀ ਅੱਜ ਦੀ ਮੀਟਿੰਗ ਵਿੱਚ, ਸਾਰੇ ਜਿਹੜੀ ਇਹਦੇ 'ਤੇ ਗੰਭੀਰਤਾ ਨਾਲ ਡਿਸਕਸ਼ਨ ਹੋਈ ਆ, ਕੋਈ ਇਹਦੇ 'ਤੇ ਕੋਈ ਲੜਾਈ ਝਗੜਾ ਨਹੀਂ ਸੀ। ਸਿਰਫ ਮੇਰਾ ਮਤ ਇਹ ਸੀਗਾ ਵੀ ਸਾਰੇ ਸੈਕਟਰ ਦੀ ਸਟੱਡੀ ਕਰਾਓ, ਤੁਸੀਂ ਇਕੱਲੇ ਕਿਸਾਨ ਦੇ ਸਿਰ ਭਾਂਡਾ ਭੰਨ ਕੇ ਬਾਕੀ ਦੇ ਨੂੰ ਬਰੀ ਨਹੀਂ ਕਰ ਸਕਦੇ, ਜਿਹੜੇ ਲੋਕ ਦੂਜੇ ਵੀ ਪਾਣੀ ਵੇਸਟ ਕਰਦੇ ਨੇ ਉਹਦਾ ਵੀ ਤੁਹਾਨੂੰ ਧਿਆਨ ਰੱਖਣਾ ਪਏਗਾ। ਧੰਨਵਾਦ ਜੀ। ਅਤੇ ਆਹ ਸੀਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ, ਜਿਨ੍ਹਾਂ ਨੇ ਦੱਸਿਆ ਕਿ ਕੀ ਕੁਛ ਅੰਦਰ ਕਿਹੜੇ ਕਿਹੜੇ ਮੁੱਦਿਆਂ 'ਤੇ ਅੰਦਰ ਗੱਲਬਾਤ ਹੋਈ ਹੈ ਇਸ ਮੀਟਿੰਗ 'ਚ। ਇਹਨਾਂ ਨੇ ਦੱਸਿਆ ਕਿ ਜਿਹੜਾ ਕਿ ਇੱਕ ਅਹਿਮ ਮੁੱਦਾ ਹੈ ਪਾਣੀ ਦਾ, ਉਸ ਜਿਹੜਾ ਕਿ ਕਿਉਂਕਿ ਪੰਜਾਬ ਆਉਣ ਵਾਲੇ ਸਮੇਂ 'ਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਸਕਦਾ, ਇਹਦੇ ਕਰਕੇ ਅੱਜ ਅੰਦਰ ਪਾਣੀ ਦੇ ਸੰਕਟ ਨੂੰ ਲੈ ਕੇ ਅੰਦਰ ਗੱਲਾਂ ਹੋਈਆਂ, ਅਤੇ ਕਾਫੀ ਇਹੋ ਜਿਹੀ ਗੱਲਾਂ ਵੀ ਹੋਈਆਂ। ਅਤੇ ਵਾਟਰ ਰੈਗੂਲੇਟਰੀ ਬੋਰਡ ਜਿਹੜਾ ਕਿ ਹੈ ਉਹਨੂੰ ਬਣਾਉਣ ਦੀ ਵੀ ਗੱਲ ਕੀਤੀ ਗਈ, ਅਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਕਿਸਾਨ ਨੂੰ ਹਮੇਸ਼ਾ ਦੋਸ਼ੀ ਠਹਿਰਾਇਆ ਜਾਂਦਾ, ਵਾਟਰ ਲੈਵਲ ਦੇ ਲਈ ਹਮੇਸ਼ਾ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ, ਉਹ ਨਾ ਕੀਤਾ ਜਾਏ, ਇਹ ਰੈਗੂਲੇਟ ਕੀਤਾ ਜਾਏ, ਚੈੱਕ ਕੀਤਾ ਜਾਏ ਕਿ ਕਿੱਥੇ ਕਿੱਥੇ ਕਿੰਨਾ ਪਾਣੀ ਯੂਜ਼ ਹੋ ਰਿਹਾ। ਅਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਇਹ ਗੱਲ ਵੀ ਸਾਹਮਣੇ ਆਈ ਕਿ ਇੱਕ ਆਲ ਪਾਰਟੀ ਮੀਟਿੰਗ ਵੀ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਜਾਏਗੀ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।